गुड मॉर्निंग फ्रेंड्स, वेलकम टू माय न्यू व्लॉग। पुत की कर दिया मम्मी जी में खेलन दई हां। की खेलन दई हां? मैं ता अपनी मम्मा जी लिपस्टिका ना। लिपस्टिका ना? लिपस्टिका भी कोई खेलन वाली चीज है? मम्मी जी आओ मैं ना गल करनी है। ओ नहीं है, मैं रुक जा यार। तू हाँ दस, एक मैं खेडने वाली चीज है। मम्मा पापा दे पैसे लगे था, मैं पैसे पूरे कर दे सी। खेडना पैसे पूरे हो जुगे? नहीं मम्मा, एक पापा ने पैसे मेरा करके लाए आ, ना कि तेरे खेडन नु लाए आ। मम्मा मैं तुसी यूज नहीं कर देना। मैं क्या खेड के पैसे पूरे कर दा, पापा दा खर्चा होया। पुत यूज तो मैं यूज मैं किथे करा? पहले मैं ये दस है किथे लाके जानी है मैं? ये मामे ताडे इंडिया आ, भूआ ताडिया इंडिया, मासियां ताडिया इंडिया। मैं सारा समान तां खरीदिया कि जदों मैं इंडिया जाऊंगी ते उत्थे जाके लाऊंगी। ओना चलो मम्मा मैं मानदा हां, पर फिर भी उत्थे उदों लै लूंगा जदों जाना। तुसीं हुण ना इकट्ठा कीता है? ओ पुत मैं इकट्ठा करके तां रख्या वा, मैं 25 साल ही ते इंडिया जाऊंगी ना, मैं उदों उत्थे जाके लाऊंगी। ਤੇ ਵੀ ਹੁਣ ਕਾ ਤੋਂ ਲਿਆ ਨਾ ਗੱਲ ਤੋਂ ਵੀ ਉਹਦੀ ਪਾਪਾ ਦਾ ਖਰਚਾ ਹੋ ਗਿਆ। ਉਹ ਪੁੱਤ ਮੈਂ ਇਹਨੂੰ ਜੋੜ ਕੇ ਰੱਖਿਆ ਆ, ਸਮਾਨ ਇਕੱਠਾ ਕੀਤਾ ਹੋਇਆ ਮੈਂ ਸਾਰਾ। ਫਿਰ ਯੂਜ਼ ਕਰੋ। ਪੁੱਤ ਯੂਜ਼ ਮੈਂ ਕਰੂੰਗੀ, ਮੈਂ ਯੂਜ਼ ਕਿੱਥੇ ਕਰਨਾ? ਹਫਤੇ 'ਚ ਇੱਕ ਦਿਨ ਹੁੰਦਾ ਸੰਡੇ ਦਾ, ਉਦੋਂ ਤੇਰਾ ਪਾਪਾ ਆਪਾਂ ਨੂੰ ਗੁਰੂ ਘਰ ਲੈ ਜਾਂਦਾ ਆ। ਹੈ ਹੁਣ ਮੈਂ ਗੁਰੂ ਘਰ ਥੋੜੀ ਇੰਨਾ ਕੁਛ ਲਾ ਕੇ ਜਾਊਂਗੀ। ਚਲੋ ਠੀਕ ਆ, ਉਹ ਤਾਂ ਫੇ ਹੋ ਗਿਆ। ਇੰਨੇ ਵਾਰ ਤੱਕ ਤੇ ਲਿਪਲਾਈਆਂ ਰੱਖੀ ਹੋਈ ਆ। ਪੁੱਤ ਮੈਨੂੰ ਪਤਾ ਇਹ ਮੇਰੇ ਹੀ ਲਿਪਲਾਈਨਰ ਆ, ਮੈਂ ਹੀ ਖਰੀਦੇ ਆ। ਜੇ ਮੈਂ ਲਿਪ ਹੁਣ ਮੇਰੀ ਗੱਲ ਸੁਣ, ਮੈਂ ਇਕੱਲਾ ਲਿਪ ਲਾਈਨਰ ਥੋੜੀ ਨਾ ਲਾ ਕੇ ਜਾਊਂਗੀ। ਜੇ ਮੈਂ ਲਿਪ ਲਾਈਨਰ ਲਾਉਂਗੀ ਤੇ ਮੈਂ ਲਿਪਸਟਿਕ ਵੀ ਲਾਉਂਗੀ। ਹਾਂਜੀ ਵੀਰੇ, ਨਾ ਯੂਜ਼ ਕਰੋ ਲਿਪ ਲਾਈਨਰ ਵੀ ਲਗਾਓ ਤੇ ਲਿਪਸਟਿਕ ਵੀ ਲਗਾਓ। ਪੁੱਤ ਮੈਂ ਯੂਜ਼ ਕਿੱਥੇ ਕਰਾਂ? ਮੈਨੂੰ ਦੱਸ ਕਿੱਥੇ ਜਾਵਾਂ ਮੈਂ? ਦੇਖੋ ਜੇ ਤੁਸੀਂ ਬਾਹਰ ਜਾਂਦੇ ਤੁਸੀਂ ਹਮੇਸ਼ਾ ਇੱਕ ਮਜੈਂਟਾ ਕਲਰ ਵਾਲੀ ਲਿਪਸਟਿਕ ਲਾ ਜਾਂਦੇ ਆ। ਉਹ ਪੁੱਤ ਇਹ ਤਾਂ ਮੈਂ ਤਾਂ ਲਾ ਜਾਂਦੀ ਆ ਕਿਉਂਕਿ ਇਹ ਸਾਹਮਣੇ ਪਈ ਹੁੰਦੀ ਆ। ਤੇ ਬਾਕੀ ਵਿਚਾਰੀਆਂ ਕਿੱਥੇ ਪਈਆਂ ਹੁੰਦੀਆਂ? ਪਈਆਂ ਤੇ ਬਾਕੀ ਵੀ ਉੱਥੇ ਹੁੰਦੀਆਂ ਵਾ, ਇਹ ਮੇਰੇ ਹੱਥ 'ਚ ਆ ਜਾਂਦੀਆਂ, ਇਹਨੂੰ ਮੈਂ ਲਾ ਕੇ ਫਿਰ ਚਲੇ ਜਾਂਦੀ ਆ। ਕਿਹਾ ਫਿਰ ਜਿੰਨੀ ਜਵੈਲਰੀ ਕਾ ਤੋਂ ਇਕੱਠੀ ਕੀਤੀ ਆ? ਪੁੱਤ ਜਵੈਲਰੀ ਮੈਂ ਪਾਉਣ ਲਈ ਇਕੱਠੀ ਕੀਤੀ ਆ, ਮੈਨੂੰ ਸ਼ੌਂਕ ਆ, ਮੈਂ ਤਾਂ ਕਰਕੇ ਖਰੀਦੀ ਆ। ਮੈਂ ਪਾਇਆ ਵੀ ਕਰੋ। ਪੁੱਤ ਪਾਉਂਗੀ ਮੈਂ ਜਦੋਂ ਮੈਂ ਇੰਡੀਆ ਜਾਊਂਗੀ ਨਾ। ਫੇ ਇੰਡੀਆ ਜਦੋਂ ਇੰਡੀਆ ਜਾਣਾ ਹੈ ਉਦੋਂ ਲੈ ਲਿਓ। ਨਹੀਂ ਪੁੱਤ, ਉਦੋਂ ਤਾਂ ਫੇ ਮੈਂ ਹੁਣ ਇਕੱਠੀ ਕੀਤੀ ਹੋਈ ਆ। ਦੇਖੋ ਮੰਮਾ, ਤੁਸੀਂ ਖਰੀਦ ਖਰੀਦ ਕੇ ਪਾਪਾ ਦਾ ਖਰਚਾ ਕਰਾਉਣੇ, ਗੱਲ ਤਾਂ ਉੱਥੇ ਹੀ ਆ ਗਈ ਨਾ। ਮੈਂ ਬਸ ਖਰਚਾ ਕਰਾਉਂਦੇ ਆ। ਨਹੀਂ ਪੁੱਤ, ਮੈਂ ਖਰਚਾ ਨਹੀਂ ਕਰਾਉਂਦੀ, ਮੈਂ ਜੋੜ ਕੇ ਰੱਖਦੀ ਆ। ਜੋੜ ਕੇ ਰੱਖਦੇ ਤਾਂ ਮੈਨੂੰ ਵੀ ਪਤਾ, ਪਰ ਵਰਤੋਂ ਇਹਨਾਂ ਨੂੰ ਮੰਮਾ ਜੀ ਦਾ ਲਾ ਲਓ। ਪੁੱਤ ਮੈਂ ਵਰਤੂੰਗੀ, ਹੁਣ ਮੈਂ ਪੁੱਤ ਕਿੱਥੇ ਵਰਤਾਂ ਮੈਂ? ਤੂੰ ਮੈਨੂੰ ਆਪ ਦੱਸ ਕਿੱਥੇ ਵਰਤਾਂ ਮੈਂ, ਕਿੱਥੇ ਜਾਣਾ ਹੁੰਦਾ ਆ? ਚਲੋ ਠੀਕ ਆ, ਦੇਖੋ ਇੰਨੀਆਂ ਸਾਰੀਆਂ ਨੇ ਕੋਸ਼ਨ, ਸੋ ਕਰ ਤੋ ਲੈਣੇ ਫਿਰ ਜੇ ਵਰਤਿਆ ਵੀ ਕਰੂੰਗੀ ਤਾਂ ਲਾਉਣ ਲਈ ਦੇਈਆਂ ਨੇ ਲਾਉਣ ਨੂੰ। ਤੂੰ ਲਾਉਂਗਾ ਨਾ? ਮੈਂ ਤਾਂ ਪੁੱਤ ਮੈਨੂੰ ਟਾਈਮ ਹੀ ਨਹੀਂ ਮਿਲਦਾ ਲਾਉਣ ਦਾ। ਫਿਰ ਲਿਆ ਹੀ ਨਾ ਕਰੋ, ਪਾਪਾ ਦਾ ਖਰਚਾ ਪਤਾ ਕਿ ਲਾਉਣਾ ਹੁੰਦਾ। ਲਿਆ ਕਿਉਂ ਨਾ ਕਰੋ? ਹੈ ਮੈਨੂੰ ਸ਼ੌਂਕ ਆ, ਮੈਂ ਤਾਂ ਲੈ ਕੇ ਰੱਖੀਆਂ ਆ। ਤੇ ਫਿਰ ਨਾ ਦੇਖੋ ਮੁੰਗੇ ਸੁੱਕ ਜਾਣੀਆਂ। ਇਹ ਸੁੱਕ ਜਾਣੀਆਂ? ਨਹੀਂ ਸੁੱਕਦੀਆਂ ਪੁੱਤ, ਕਿਤੇ ਨਹੀਂ ਜਾਂਦੀਆਂ। ਇਹ ਚਾਰ ਚਾਰ ਪੰਜ ਪੰਜ ਸਾਲ ਖਰਾਬ ਨਹੀਂ ਹੁੰਦੀਆਂ। ਦੇਖ ਕੇ ਤੂੰ 25 ਸਾਲ ਇੰਡੀਆ ਜਾਣਾ, ਮੈਂ ਫੇਰ ਲਾਉਣੀਆਂ ਇਹੀ ਲਾ ਕੇ ਜਾਣੀਆਂ। ਦੇਖ ਲਈ ਤੂੰ 25 ਸਾਲ ਇੰਡੀਆ ਜਾਣਾ ਉਦੋਂ ਲੈ ਲਿਓ ਨਾ, ਦੇਖ ਸੁੱਕੀ ਵੀ ਪਈ ਹੈ। ਨਹੀਂ ਸੁੱਕਦੀ ਪੁੱਤ, ਕੋਈ ਨਾ ਹਰ ਤੁਸੀਂ ਕੱਲ੍ਹ ਪਾ ਲੈਣੀਆਂ, ਆਪੇ ਵਾਰੀ ਹੋ ਜਾਣੀਆਂ। ਚਲੋ ਠੀਕ ਆ, ਆ ਦੇਖੋ ਤੁਹਾਡੇ ਕੋਲ ਕਿੰਨਾ ਦੇ ਕੱਲ ਲੈ ਗਏ ਆ, ਮਸਕਾਰੇ, ਆਈਲਾਈਨਰ, ਇਹਨਾਂ ਨੂੰ ਵਰਤੋ, ਲਿਆ ਲੈ ਕੇ ਚੱਲੋ ਕਰੀ ਜਾਂਦੇ। ਬਸ ਨਹੀਂ, ਮੈਂ ਇੰਡੀਆ ਜਾ ਕੇ ਫਿਰ ਦਿਖਾਉਂਗੀ ਨਾ ਵੀ ਮੇਰੇ ਕੋਲ ਇੰਨਾ ਸਮਾਨ ਆ। ਹੋਇਆ ਪਰ ਫਿਰ ਵੀ ਮੰਮਾ ਪਾਪਾ ਦਾ ਖਰਚਾ ਹੁੰਦਾ, ਤੁਸੀਂ ਮੈਨੂੰ ਇਹ ਗੱਲ ਦੱਸੋ ਨਾ ਕਿੰਨਾ ਬੜਾ ਖਰਚਾ ਹੋ ਜਾਂਦਾ ਸਾਰਾ ਸਮਾਨ ਲੈਣ ਤੇ। ਜਿੰਨਾ ਪਤਾ ਲੱਗੂ ਉਹ ਤੋਂ ਉਹਨਾਂ ਨੂੰ ਕਿੱਦਾਂ ਪਤਾ ਲੱਗੂ ਸਾਡੀ ਕੁੜੀ ਫੋਰਨ ਤੋਂ ਆਈ ਆ? ਜੇ ਮੈਂ ਇੰਨਾ ਸਮਾਨ ਲੈ ਕੇ ਜਾਊਂਗੀ ਇਕੱਠਾ ਕਰਕੇ ਫੇਰ ਹੀ ਪਤਾ ਲੱਗੂ, ਤਾਂ ਹੀ ਤਾਂ ਮੈਂ ਬ੍ਰੈਂਡ ਦਾ ਸਮਾਨ ਖਰੀਦੀ ਆ। ਉਹਦਾ ਮੈਨੂੰ ਪਤਾ, ਦੇਖੋ ਕਿੰਨਾ ਸਾਰਾ ਬ੍ਰਾਂਡਡ ਸਮਾਨ ਪਿਆ, ਕੋਈ ਟਿਕੋ ਨਹੀਂ, ਕੋਈ ਐਕਸਪੋਰਟ ਨਹੀਂ, ਕੁਝ ਨਹੀਂ ਛੱਡਿਆ ਤੁਸੀਂ। ਹਾਂ ਬੁੱਤ, ਟਾਈਮ ਨਹੀਂ, ਮੈਂ ਸਾਰਾ ਕੁਝ ਰੱਖਿਆ ਹੈ, ਮੈਂ ਜਾ ਕੇ ਇੰਡੀਆ ਸਾਰਿਆਂ ਨੂੰ ਦਿਖਾਉਂਗੀ ਕਿ ਮੈਂ ਆਹ ਸਮਾਨ ਲੈ ਕੇ ਆਈ ਹਾਂ, ਮੈਂ ਲਾ ਲਾ ਕੇ ਦਿਖਾਉਂਗੀ ਉੱਥੇ ਸਾਰੀਆਂ ਨੂੰ। ਚਲੋ ਉਹ ਵੀ ਹੋ ਗਿਆ ਮੰਮਾ, ਵੀ ਜਦੋਂ ਜਾਣਾ ਹੋਇਆ ਉਦੋਂ ਲੈ ਲਿਓ ਨਾ। ਤੁਸੀਂ ਦੇਖੋ ਜਿੰਨੀ ਵਾਰ ਮਾਰਕੀਟ ਜਾਂਦੇ ਨਵਾਂ 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 ਲੈ ਕੇ ਆਉਂਦੇ ਆ। ਉਹ ਬੁੱਤ ਮੈਂ ਲਿਆਉਣੀ ਤੇ ਤਾਂ ਹੀ ਆ ਵੀ ਮੈਂ ਇਕੱਠਾ ਕਰ ਲਾਂ, ਫਿਰ ਅਗਲੇ ਨੂੰ ਪਤਾ ਲੱਗੇ ਕਿ ਹਾਂ ਇੰਨਾ ਸਮਾਨ ਲੈ ਕੇ ਆਈ ਆ। ਚਲੋ ਠੀਕ ਆ, ਥੈਂਕਸ ਫਾਰ ਵਾਚਿੰਗ। ਪਲੀਜ਼ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਫਰੈਂਡਸ।